ਹਾਂਜੀ ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਚਾਲ? ਠੀਕ ਠਾਕ ਹੋ ਸਾਰੇ? ਲਓ ਜੀ, ਅੱਜ ਤੁਹਾਨੂੰ ਅਸੀਂ ਵਿਖਾਉਂਦੇ ਹਾਂ ਗੁੱਡੀਆਂ ਦੀ ਸ਼ੋਪਿੰਗ ਅਸੀਂ ਕਰ ਲਈ ਆ, ਅਤੇ ਆ ਜਾਓ, ਤੁਹਾਨੂੰ ਗੁੱਡੀਆਂ ਵਿਖਾਈ ਆ ਅੰਮ੍ਰਿਤਸਰੋਂ ਸਪੈਸ਼ਲ ਗੁੱਡੀਆਂ ਲੈ ਕੇ ਆਏ ਹਾਂ, ਅਤੇ ਕੀ ਵਰਾਇਟੀ ਲਿਆਉਂਦੀ ਆ ਅੱਜ? ਲਓ ਜੀ, ਸਭ ਤੋਂ ਪਹਿਲਾਂ ਲਿਆਉਂਦੇ ਆ ਬਲੈਕ ਕਲਰ, ਠੀਕ ਹੈ ਜੀ, ਠੀਕ ਹੈ, ਇੱਕ ਦੇਖੀ ਜਾਵੇ ਵਾਸਤੇ। ਫਿਰ ਆ ਗਈ ਆ ਪਰੀ, ਪਰੀ ਵਿੱਚ ਹੀ ਵਰਾਇਟੀ ਕਾਫੀ ਲੈਂਦੀ ਆ, ਦੇਖੀ ਜਾਓ ਵਾਸਤੇ। ਹਾਂ, ਇੱਥੇ ਦੂਜੇ ਲੋਕ ਵੀ ਹੋਣੇ ਆ, ਤੁਹਾਨੂੰ ਪਤਾ ਏਦਾਂ ਹੀ ਇਹ ਅਸੀਂ ਤੁਹਾਨੂੰ ਨਾਲੇ ਦੱਸਾਂਗੇ ਇਹ ਲਿਆਂਦੀ ਕਿੱਥੋਂ ਆ। ਪਰੀ ਵੇਖੋ ਬਸ, ਪਰੀ ਡਿਜ਼ਾਇਨ ਚੈੱਕ ਕਰੋ। ਹੁਣ ਆ ਗਏ ਆ ਜੀ ਗੁੱਡੇ, ਪਤਾ ਨਹੀਂ ਇਹਨਾਂ ਨੂੰ ਕੀ ਕਹਿੰਦੇ ਆ, ਆਉਂਦਾ ਅਸੀਂ ਨਵੇਂ ਡਿਜ਼ਾਇਨ ਆਏ ਆ। ਫਿਰ ਬਲੈਕ ਕਲਰ, ਬਲੂ ਕਲਰ, ਅਤੇ ਇਹਦੇ ਵਿੱਚ ਆਪਾਂ ਔਰੇਂਜ ਕਲਰ, ਠੀਕ ਹੈ ਜੀ। ਵਿਖਾਉਣੇ ਆ ਬਹੁਤ ਅਸੀਂ ਵਿਖਾਉਣੇ ਆ। ਹਾਂਜੀ, ਇਹਨਾਂ ਨੂੰ ਆ ਵੇਖੋ, ਪੁਨੀਤ ਦਾ ਕਿਉਂ ਵਿਖਾਉਂਦੇ ਜੇ? ਆ ਵੇਖੋ ਇੱਧਰ, ਇੱਧਰ 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 ਆ ਜਾਓ, ਇੱਧਰ ਵੇਖੋ, ਆ ਵੀ ਗੁੱਡੇ ਕਿੱਡੇ ਸੋਹਣੇ ਆ। ਅਤੇ ਆ ਹੁਣ ਬਾਕੀ ਹੋਰ ਵੀ ਆ, ਆ ਆ ਗਏ ਵੱਡੇ, ਬਾਕੀ ਪਾਕਿਸਤਾਨ ਦੇ ਤੁਸੀਂ ਦੇਖਦੇ ਹੋਣਗੇ, ਠੀਕ ਹੈ ਜੀ। ਗੁੱਡੇ ਬਹੁਤ ਆ, ਪਰੀਆਂ, ਪੱਦੜ, ਸਾਡੇ ਕੋਲ ਬਸ ਸਾਹਮਣੇ ਨਹੀਂ ਜਾਣ ਦੇ, ਵਰਾਇਟੀ ਬੋਲਿਆ ਜੀ, ਠੀਕ ਹੈ ਜੀ। ਹੁਣ ਤੁਹਾਨੂੰ ਅੱਗੇ ਵਿਖਾਉਂਦੇ ਹਾਂ, ਅਜੇ ਹੋਰ ਹੈ ਕਾਫੀ ਜ਼ਿਆਦਾ ਵਾ, ਜਿੰਨੇ ਕੁ ਲੈ ਕੇ ਆਏ ਵੱਡਾ ਆ ਲਿਆਂਦਾ ਪੂਰਾ। ਚਲੋ ਜੀ, ਅੱਗੇ ਵਿਖਾਉਂਦੇ ਤੁਹਾਨੂੰ ਅਸੀਂ ਜਿਹੜੇ ਕੈਨੇਡਾ ਦੇ ਸ਼ੌਕੀਨ ਹੈ ਜੀ, ਜਿਵੇਂ ਮੈਂ ਗੁੱਡਾ ਕਲਰ ਚੈੱਕ ਕਰੋ ਕਿੱਡਾ ਸੋਹਣਾ ਹੈ, ਕੈਨੇਡਾ ਪਾਕਿਸਤਾਨੀ ਡਿਜ਼ਾਇਨ, ਠੀਕ ਹੈ ਜੀ। ਹੁਣ ਹੋਰ ਆ ਗਏ, ਆ ਵੇਖੋ ਜੀ, ਚੈੱਕ ਕਰੋ ਗੁੱਡੇ, ਹੁਣ ਆ ਗਏ ਇਹ, ਜਦੋਂ ਹੁਣ ਚੜ੍ਹਨਗੇ ਨਾ ਵੱਖਰੇ ਵੱਖਰੇ ਥਾਂ ਦੇ, ਪਤਾ ਫਿਰ ਲੱਗੂਗਾ। ਹੁਣ ਅੱਗੇ ਆ ਗਿਆ ਜੀ ਭੂਤ, ਸਭ ਤੋਂ ਫੇਵਰੇਟ ਗੁੱਡਾ ਹੁੰਦਾ ਭੂਤ, ਵੇਖੋ ਜੀ। ਉਸ ਤੋਂ ਅੱਗੇ ਹੋਰ ਡਿਜ਼ਾਇਨ ਬਣਾਉਂਦੇ ਤੁਹਾਨੂੰ, ਹਾਲੇ ਵੱਡੇ ਗੁੱਡੇ ਆਏ ਬਲੈਕ, ਕਿੱਡਾ ਸੋਹਣਾ ਡਿਜ਼ਾਇਨ ਪਾਇਆ ਔਰੇਂਜ ਕਲਰ, ਠੀਕ ਹੈ ਜੀ। ਬਾਕੀ ਨਾ ਛੋਟੀ ਗੁੱਡੀ ਹਲੇ ਭਰੀਆਂ ਆਈ ਹੈ ਵੀ, ਵੇਖੋ ਕਾਫੀ ਡਿਜ਼ਾਇਨ ਹੈ, ਅਤੇ ਠੀਕ ਹੈ। ਹੁਣ ਅਸੀਂ ਤੁਹਾਨੂੰ ਵਿਖਾਉਂਦੇ ਹਾਂ ਇਸ ਤੋਂ ਵੱਡੇ ਗੁੱਡੇ, ਫਿਰ ਆ ਗਈਆਂ ਜੀ ਹੁਣ ਪਤੰਗਾਂ, ਇਹ ਤਾਂ ਛੋਟੀਆਂ ਇੱਥੇ ਆ, ਬਾਕੀ ਥੱਲੇ ਆ, ਬਾਕੀ ਆਓ ਜੀ ਹੁਣ ਤੁਹਾਨੂੰ ਅਸਲੀ ਡਿਜ਼ਾਇਨ ਵਿਖਾਉਂਦੇ ਹਾਂ ਜੀ। ਹੋਰ ਗੁੱਡਾ ਚੈੱਕ ਕਰੋ, ਦੇਖੋ ਜੀ ਗੁੱਡਾ, ਗੁੱਡਾ ਵੇਖੋ ਕਿੱਡਾ ਸੋਹਣਾ ਲੱਗਦਾ, ਇੱਕ ਆਹ ਡਿਜ਼ਾਇਨ ਚੈੱਕ ਕਰੋ, ਦੋ ਆਹ ਦੇਖੋ, ਹੋਰ ਗੁੱਡੇ ਹੋਰ ਵੀ ਹੈਗੇ ਆ ਬਾਕੀ। ਚਲੋ ਹੁਣ ਪਤੰਗਾ ਵਿਖਾਉਂਦੇ ਹਾਂ ਤੁਹਾਨੂੰ, ਅਤੇ ਚਲੋ ਥੱਲੇ ਮਿਲਦੇ ਹਾਂ ਆਪਾਂ, ਓਕੇ, ਥੱਲੇ ਆਉਂਦੇ ਜੀ, ਓਕੇ, ਕਰਦਾ ਬੰਦ ਡਿਜ਼ਾਇਨ ਚੈੱਕ ਕਰੋ, ਸੋਹਣੀਆਂ ਚੈੱਕ ਕਰਕੇ ਦੱਸਿਓ ਸਾਰੀਆਂ, ਕਾਫੀ ਹੈ, 15-16 ਪਤੰਗਾਂ ਥੋੜੀ ਲੋਹੜੀ ਵਾਲਾ ਵਲੋਗ ਵੀ ਆਊਗਾ ਜਲਦੀ, ਲੋਹੜੀ ਦਾ ਵਲੋਗ ਵੀ ਅਪਲੋਡ ਕਰਾਂਗੇ ਆਪਾਂ, ਬਾਕੀ ਤੁਹਾਨੂੰ ਪਤਾ ਜੀ ਨਾ ਉਹਦੇ ਤਾਏ ਦਾ ਵਿਆਹ ਵਾ ਕੋਈ ਨਹੀਂ ਜਿਹੜਾ, ਉਹ ਵੀ ਵਲੋਗ ਆਪਲੋਡ ਸਾਰੇ ਆਉਣਗੇ, ਓਕੇ ਡਨ।